ਇਹ ਉਹਦੇ ਵਿੱਚ ਫਰਕ ਪੈ ਰਿਹਾ ਕਿਉਂਕਿ ਪਹਿਲਾਂ ਮੁੱਖ ਮੰਤਰੀ ਸਾਹਿਬ ਇਹ ਪਹਿਲੇ ਮੁੱਖ ਮੰਤਰੀ ਹੋਏ ਆ ਜਿਹੜੇ ਜੇਲ੍ਹ 'ਚ ਜਾ ਕੇ ਸਰਕਾਰ ਚਲਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਸ਼ਰਾਬ ਨੀਤੀ ਦਾ ਘੁਟਾਲਾ ਸੀ, ਜੇ ਸ਼ਰਾਬ ਨੀਤੀ ਠੀਕ ਸੀ, ਜਿਹਦੇ 'ਚ ਕੋਈ ਘੁਟਾਲਾ ਨਹੀਂ ਸੀ, ਤਾਂ ਫਿਰ ਇਹਨਾਂ ਨੇ ਵਾਪਸ ਕਿਉਂ ਕੀਤੀ ਸੀ ਦਿੱਲੀ ਦੇ ਵਿੱਚ? ਅਰਵਿੰਦ ਕੇਜਰੀਵਾਲ ਖੁਦ ਆਪ ਕਹਿੰਦੇ ਨੇ ਕਿ ਬਈ ਮੈਂ ਤਾਂ ਇਮਾਨਦਾਰ ਹਾਂ, ਮੇਰੇ ਤੋਂ ਜ਼ਿਆਦਾ ਕੱਟਰ ਇਮਾਨਦਾਰ ਕੋਈ ਨਹੀਂ ਹੋਵੇਗਾ। ਅੱਜ ਹੈਲਥ ਮਾਡਲ ਦੀ ਇਹ ਸਥਿਤੀ ਹੈ ਰਾਜੂ ਜੀ, ਦਿੱਲੀ ਦੇ ਅੰਦਰ ਦਰਜਨੋਂ ਸਰਕਾਰੀ ਹਸਪਤਾਲ ਇਹੋ ਜਿਹੇ ਹੈ ਜਿਨ੍ਹਾਂ ਦੇ ICU ਬੰਦ ਪਏ ਹੈ। ਅੱਜ ਦੋ ਦੋ ਵੱਡੇ ਬੰਗਲੇ CM ਸਾਹਿਬ ਦੇ ਨਾਮ ਤੇ ਖੁੱਲੇ ਹੈ ਔਰ ਇੱਕ ਸ਼ੀਸ਼ ਮਹਿਲ ਤਿਆਰ ਕਰ ਲਿਆ। ਇਹ ਕਹਿੰਦੇ ਸੀ ਮੈਂ ਕੋਈ ਗਨਮੈਨ ਨਹੀਂ ਲਊਂਗਾ, ਅੱਜ 100 ਗਨਮੈਨ ਚੱਲਦਾ, ਪੰਜਾਬ ਵਾਲੇ ਵੀ ਨਾਲ ਚੱਲਦੇ ਆ। ਅਰਵਿੰਦ ਕੇਜਰੀਵਾਲ ਕਿਸੇ ਕੀਮਤ ਤੇ ਕਾਮਯਾਬ ਨਹੀਂ ਹੋ ਸਕਦੇ, ਇਹਨਾਂ ਨੇ ਇਮੋਸ਼ਨਲ ਕਾਰਡ ਖੇਲਿਆ ਸੀ। ਤੁਸੀਂ ਦੇਖਿਆ ਹੋਣਾ ਦਿੱਲੀ 'ਚ ਪੰਜਾਬ 'ਚ ਜੇਲ੍ਹ ਵਾਲੀ ਆਪਣੀ ਫੋਟੋ ਬੋਰਡਾਂ 'ਤੇ ਲਾ ਕੇ ਡਿਸਪਲੇ ਕੀਤੀ ਸੀ ਔਰ ਇਹਨਾਂ ਨੂੰ ਇਹ ਡਰ ਹੈ ਕਿ ਜਦੋਂ ਅਗਲਾ ਕੋਈ ਬੰਦਾ ਆਉਣਾ ਹੈ ਤੇ ਜਿਹੜੇ ਮੇਰੇ ਕਾਲੇ ਕਾਰਨਾਮੇ ਚਿੱਠੇ ਹੱਲੇ ਨਹੀਂ ਖੁੱਲੇ ਉਹ ਵੀ ਖੁੱਲਣਗੇ। ਇਸ ਕਰਕੇ ਇਹਨੂੰ ਡਿਸੋਲਵ ਕਰ ਦਿਓ ਕਿ ਮੁੱਖ ਮੰਤਰੀ ਸ਼ਿਪ ਵਾਲੀ ਜਿਹੜੀਆਂ ਪਾਵਰਾਂ ਉਹ ਕੋਈ ਨਾ ਵਰਤ। ਅਰਵਿੰਦ ਕੇਜਰੀਵਾਲ ਹੋਰਾਂ ਦੇ ਅਸਤੀਫੇ ਦੇ ਨਾਲ ਜਾਂ ਫਿਰ ਪਦ ਛੱਡਣ ਦੇ ਨਾਲ ਪੰਜਾਬ ਦੀ ਰਾਜਨੀਤੀ ਦੇ ਉੱਪਰ ਕੋਈ ਫਰਕ ਪਵੇਗਾ? ਪੰਜਾਬ ਦੀ ਰਾਜਨੀਤੀ ਦੇ ਉੱਤੇ ਕੋਈ ਫਰਕ ਨਹੀਂ ਹੈ, ਇੱਥੇ ਤਾਂ ਭਗਵੰਤ ਮਾਨ ਜੀ ਵੀ ਆਪਣੇ ਆਪ ਨੂੰ ਅਸੁਰੱਖਿਅਤ ਸਮਝ ਰਹੇ ਹਨ। ਜਦੋਂ ਤੋਂ ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹ ਅਨਾਊਂਸਮੈਂਟ ਕੀਤੀ ਹੈ ਕਿ ਬਈ ਮੈਂ 2 ਦਿਨਾਂ ਦੇ ਬਾਅਦ ਆਪਣੇ CM ਪਦ ਤੋਂ ਅਸਤੀਫਾ ਦੇ ਦੂੰਗਾ, ਉਸ ਤੋਂ ਬਾਅਦ ਪੂਰੇ ਭਾਰਤ ਦੇ ਵਿੱਚ ਇਸ ਵਕਤ ਸਿਆਸਤ ਗਰਮਾਈ ਹੋਈ ਹੈ। ਸਿਆਸਤ ਇਸ ਗੱਲੋਂ ਵੀ ਗਰਮਾਈ ਹੋਈ ਹੈ ਕਿ ਕੌਣ ਆਉਣ ਵਾਲਾ CM ਹੋਵੇਗਾ। ਹਾਲਾਂਕਿ ਜਦੋਂ ਅਰਵਿੰਦ ਕੇਜਰੀਵਾਲ ਹੁਰੀ ਜੇਲ੍ਹ ਦੇ ਵਿੱਚ ਸੀਗੇ ਉਦੋਂ ਉਹਨਾਂ ਦੀ ਧਰਮ ਪਤਨੀ ਵੱਲੋਂ ਜਿਹੜਾ ਹੈ ਉਹ ਸਰਕਾਰ ਨੂੰ ਰਨ ਕੀਤਾ ਜਾ ਰਿਹਾ ਸੀ, ਹਰੇਕ ਰੈਲੀ ਹਰੇਕ ਥਾਵਾਂ ਦੇ ਉੱਪਰ ਜਾ ਕੇ ਸੰਬੋਧਿਤ ਕੀਤਾ ਜਾ ਰਿਹਾ ਸੀਗਾ, ਪਰ ਹੁਣ ਜਦੋਂ ਤੋਂ ਅਨਾਊਂਸਮੈਂਟ ਹੋਈ ਹੈ ਉਦੋਂ ਤੋਂ ਕਈ ਸਵਾਲ ਇਸ ਵਕਤ ਪੂਰੇ ਭਾਰਤ ਦੇ ਵਿੱਚ ਚੱਲਦੇ ਹੋਏ ਨਜ਼ਰ ਆ ਰਹੇ ਨੇ। ਅਰਵਿੰਦ ਕੇਜਰੀਵਾਲ ਹੋਰੀ ਇਸ ਵਕਤ ਸੁਰਖੀਆਂ ਦੇ ਵਿੱਚ ਬਣੇ ਨੇ, ਇਸ ਬਾਬਤ ਗੱਲਬਾਤ ਕਰਨ ਲਈ ਸਾਡੇ ਨਾਲ BJP ਸਪੋਕਸਪਰਸਨ ਅਨਿਲ ਸਰੀਨ ਹੋਰੀ ਨੇ ਗੱਲਬਾਤ ਕਰਦੇ ਹਾਂ। ਅਸ਼ੋਕ ਸਰੀਨ ਹੋਰੀ ਨੇ ਗੱਲਬਾਤ ਕਰਦੇ ਹਾਂ। ਅੱਛਾ ਅਸ਼ੋਕ ਜੀ, ਜਿਸ ਤਰੀਕੇ ਦੇ ਨਾਲ ਅਨਾਊਂਸਮੈਂਟ ਹੋਈ ਕਿ ਬਈ ਮੈਂ 2 ਦਿਨਾਂ ਦੇ ਬਾਅਦ ਜਿਹੜਾ ਹੈਗਾ ਅਸਤੀਫਾ ਦੇ ਦਊਂਗਾ ਅਤੇ ਮੇਰੇ ਤੋਂ ਬਾਅਦ ਜੋ ਕੁਝ ਵੀ ਹੈ ਦੇਖਿਆ ਜਾਵੇਗਾ, ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇੰਪੈਕਟ ਕਿੰਨਾ ਕੁ ਪਵੇਗਾ ਭਾਰਤ ਦੀ ਰਾਜਨੀਤੀ ਦੇ ਉੱਪਰ? ਦੇਖੋ, ਭਾਰਤ ਦੀ ਰਾਜਨੀਤੀ ਉੱਤੇ ਕੋਈ ਨਹੀਂ ਹੈ ਔਰ ਇਹ ਭ੍ਰਿਸ਼ਟਾਚਾਰ 'ਚ ਜ਼ਮਾਨਤ 'ਤੇ ਰਿਹਾ ਹੋਏ ਮੁੱਖ ਮੰਤਰੀ ਸਾਹਿਬ ਆਪਣੀ ਚਾਰੇ ਦਿਸ਼ਾਵਾਂ 'ਚ ਜਿਹੜੀ ਝੂਠ ਸੀ ਉਜਾਗਰ ਹੋਣ ਤੋਂ ਬਾਅਦ ਇਹ ਮਜਬੂਰੀ 'ਚ ਕਦਮ ਉਠਾਇਆ ਗਿਆ ਔਰ ਇਹ ਦੇਸ਼ ਦੀ ਸਿਆਸਤ ਨੂੰ ਕੋਈ ਫਰਕ ਪੈਣ ਵਾਲਾ ਨਹੀਂ ਹੈ, ਪਰ ਮੁੱਖ ਮੰਤਰੀ ਕੇਜਰੀਵਾਲ ਜੀ ਦੀ ਇਹ ਜਿਹੜੀ ਇੰਟਰਨਲ ਪਾਰਟੀ ਦੀ ਸਿਆਸਤ ਹੈ ਜਿਹੜੇ ਇਹ ਉਹਦੇ ਵਿੱਚ ਫਰਕ ਪੈ ਰਿਹਾ ਕਿਉਂਕਿ ਪਹਿਲਾਂ ਮੁੱਖ ਮੰਤਰੀ ਸਾਹਿਬ ਇਹ ਪਹਿਲੇ ਮੁੱਖ ਮੰਤਰੀ ਹੋਏ ਹੈ ਜਿਹੜੇ ਜੇਲ੍ਹ 'ਚ ਜਾ ਕੇ ਸਰਕਾਰ ਚਲਾਉਣ ਦੀ ਕੋਸ਼ਿਸ਼ ਕੀਤੀ। ਇਹ ਪਹਿਲੇ ਮੁੱਖ ਮੰਤਰੀ ਹੋਏ ਹੈ ਕਿ ਜਿਨ੍ਹਾਂ ਨੇ ਦੇਸ਼ ਦੇ ਸੰਵਿਧਾਨ ਨੂੰ ਲੋਕਤੰਤਰਿਕ ਅਧਿਕਾਰਾਂ ਦਾ ਦੁਰਉਪਯੋਗ ਕੀਤਾ। ਅੱਜ ਇਹਨਾਂ ਨੇ ਪਹਿਲਾਂ ਤਾਂ ਭਰਪੂਰ ਪ੍ਰਯਾਸ ਕੀਤਾ, ਪੂਰਾ ਜ਼ੋਰ ਲਾਇਆ ਕਿ ਆਪਣੀ ਪਤਨੀ ਨੂੰ ਜਿਹੜਾ ਮੁੱਖ ਮੰਤਰੀ ਬਣਾ ਦਾਂ ਅਤੇ ਉਹਨਾਂ ਦੀ ਮੁੱਖ ਮੰਤਰੀ ਦੀ ਫੀਲਿੰਗ ਲਿੱਤੀ ਉਹਨਾਂ ਦੀ ਪਤਨੀ ਨੇ CM ਦੀ ਚੇਅਰ 'ਤੇ ਬਹਿ ਕੇ ਉਹਨਾਂ ਨੇ ਪ੍ਰੈਸ ਕਾਨਫਰੰਸਾਂ ਕਰ ਦਿੱਤੀਆਂ ਅਤੇ ਉਹ ਸੰਵਿਧਾਨਿਕ ਪਦ ਦਾ ਦੁਰਉਪਯੋਗ ਕੀਤਾ ਇਹਨਾਂ ਦੇ ਪਰਿਵਾਰ ਨੇ ਵੀ ਔਰ ਮੁੱਖ ਮੰਤਰੀ ਸਾਹਿਬ ਅੱਜ ਹਰ ਪਾਸਿਓਂ ਘਿਰਿਆ ਕਿਉਂਕਿ ਜਿਹੜੀ ਸ਼ਰਾਬ ਨੀਤੀ ਦਾ ਘੁਟਾਲਾ ਸੀ, ਜੇ ਸ਼ਰਾਬ ਨੀਤੀ ਠੀਕ ਸੀ, ਜਿਹਦੇ 'ਚ ਕੋਈ ਘੁਟਾਲਾ ਨਹੀਂ ਸੀ, ਤਾਂ ਫਿਰ ਇਹਨਾਂ ਨੇ ਵਾਪਸ ਕਿਉਂ ਕੀਤੀ ਸੀ ਦਿੱਲੀ ਦੇ ਵਿੱਚ? ਫਿਰ ਮਨੀ ਟ੍ਰੇਲ ਫੜੀ ਗਈ,
ਸੁਪਰੀਮ ਕੋਰਟ ਦੇ ਵਿੱਚ ਕੋਰਟਾਂ ਦੀਆਂ ਫਾਈਂਡਿੰਗਸ ਆਈਆਂ ਕਿ ਜਿਹੜੀ ਮਨੀ ਟ੍ਰੇਲ ਹੈ ਪਲੇਸ ਔਨ ਰਿਕਾਰਡ ਹੈ। ਫਿਰ ਇਹਨਾਂ ਨੇ ਹੱਦੋ ਵੱਧ ਜ਼ੋਰ ਲਾਇਆ ਕਿ ਕਿਸੇ ਤਰੀਕੇ ਦੇ ਨਾਲ ਮੈਂ ਬਚ ਜਾਵਾਂ, ਪਰ ਜਦੋਂ ਇਹ ਨਹੀਂ ਬਚ ਸਕੇ ਤੇ ਅੱਜ ਇਹ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਿਹਾ ਕਿ ਕਿਸੇ ਤਰੀਕੇ ਨਾਲ ਮੈਂ ਜਿਹੜਾ ਆਪਣੀ ਸਾਖ ਵੀ ਬਚਾ ਲਾਂ, ਆਪਣੀ ਕੁਰਸੀ ਨੂੰ ਵੀ ਬਚਾ ਲਾਂ। ਅੱਜ ਨਾ ਤਾਂ ਹੁਣ ਕੇਜਰੀਵਾਲ ਜੀ ਬਚ ਸਕਦੇ ਆ, ਉਹ ਕਾਨੂੰਨ ਤੋਂ ਵੀ ਨਹੀਂ ਬਚਣਗੇ, ਜਨਤਾ ਤੋਂ ਵੀ ਨਹੀਂ ਬਚਣਗੇ। ਕਿਉਂਕਿ ਰਾਜੂ ਜੀ ਜਦੋਂ ਇਹਨਾਂ ਦੀ ਸਰਕਾਰ ਬਣੀ ਤਾਂ ਇਹਨਾਂ ਨੇ ਲੋਕਾਂ ਨੂੰ 2014 'ਚ ਦਿੱਲੀ 'ਚ ਕਿਹਾ ਕਿ 12,000 ਟੈਂਕਰ ਚੱਲ ਰਹੇ ਹੈ, ਟੈਂਕਰ ਮਾਫੀਆ, ਮੈਂ ਉਸਨੂੰ ਸਮਾਪਤ ਕਰਾਂਗਾ। ਅੱਜ 2024 ਹੈ, 30,000 ਤੋਂ ਬਾਅਦ ਟੈਂਕਰ ਚੱਲ ਰਿਹਾ ਦਿੱਲੀ ਦੇ ਵਿੱਚ ਪਾਣੀ ਵਾਲਾ। ਔਰ ਹਾਲਾਤ ਇਹ ਹੈ, ਲੋਕ ਪਾਣੀ ਪੀਣ ਵਾਲੇ ਪਾਣੀ ਦੀ ਦੇ ਲਈ ਲੜਾਈ ਲੜ ਰਹੇ, ਇੱਕ ਬੋਤਲ ਪਾਣੀ ਦੇ ਲਈ ਕਤਲ ਹੋ ਗਏ। ਅੱਜ ਹਾਲਾਤ ਇਹ ਹੈ, ਇਹਨਾਂ ਨੇ ਦਿੱਲੀ ਨਗਰ ਨਿਗਮ ਭ੍ਰਿਸ਼ਟਾਚਾਰ ਮੈਂ ਹੈ ਜੀ, ਕੇਜਰੀਵਾਲ ਜੀ ਨੇ ਕਿਹਾ ਸੀ ਮੈਂ ਲੋਕਾਂ ਕੋ ਸੁਵਿਧਾ ਦੂੰਗਾ ਜੀ, ਪਾਣੀ ਵੀ ਨਹੀਂ ਦਿੱਤਾ ਗਿਆ। ਦੂਸਰਾ ਕੀ ਕੰਮ ਹੋਇਆ, ਸੀਵਰੇਜ, ਇਸ ਵਾਰ ਜਦੋਂ ਮੀਂਹ ਪਿਆ ਪਾਈਪ ਲਾਈਨ ਦੀ ਵਿਵਸਥਾ ਇੰਨੀ ਖਰਾਬ ਹੋਈ ਕਿ 30 ਤੋਂ 40 ਲੋਕ ਇਸ ਸੀਵਰੇਜ ਸਿਸਟਮ ਕਰਕੇ ਮਰ ਗਏ। ਔਰ ਇੱਕ UPSC ਦੀ ਪੜ੍ਹਾਈ ਕਰਦਾ ਨੌਜਵਾਨ ਇੰਟੈਲੀਜੈਂਟ, ਉਹ ਬਿਜਲੀ ਦਾ ਪਾਣੀ, ਬਿਜਲੀ ਦੇ ਖੰਭੇ ਤੋਂ ਸੜਕ ਦੇ ਪਾਣੀ ਦੇ ਵਿੱਚ ਕਰੰਟ ਪਾਸ ਆਊਟ ਹੋਇਆ ਉਹਦੀ ਬਾਡੀ ਦੇ ਨਾਲ, ਉਹ ਮਰ ਗਿਆ। ਔਰ ਜਲ ਬੋਰਡ ਜਿਹੜਾ ਇਹਨਾਂ ਦੇ ਆਉਣ ਤੋਂ ਪਹਿਲਾਂ ਮੁਨਾਫੇ 'ਚ ਸੀ, ਅੱਜ ਉਹ 73,000 ਕਰੋੜ ਦੇ ਘਾਟੇ 'ਚ ਆ ਗਿਆ, ਲੋਨ 'ਤੇ ਆ ਗਿਆ। ਇਹਨਾਂ ਦੀ ਐਜੂਕੇਸ਼ਨ ਮਾਡਲ ਦਾ ਰਾਜੂ ਜੀ ਇਹ ਹਾਲਾਤ ਹੈ ਕਿ ਇਹ ਬੜੇ ਢੰਡੋਰਾ ਪਿੱਟਦੇ ਸੀਗੇ। ਅੱਜ ਐਜੂਕੇਸ਼ਨ ਮਾਡਲ 'ਚ ਪਿੱਛੇ ਇੱਕ ਸਰਵੇ ਹੋਇਆ, ਉੱਥੇ ਜਾ ਕੇ ਵਿਜ਼ਿਟ ਹੋਇਆ ਕਿ 2 ਕਲਾਸਾਂ ਦੇ ਬੱਚੇ ਇੱਕ ਕਲਾਸ ਦੇ ਵਿੱਚ ਪੜ੍ਹ ਰਹੇ ਆ ਅਤੇ ਉਹਨਾਂ ਨੂੰ ਪੜ੍ਹਾਉਣ ਵਾਲੀ ਵੀ ਟੀਚਰ ਇੱਕ ਹੈ, ਟੀਚਰਾਂ ਦੀ ਵੀ ਕਮੀ ਹੈ, ਸਕੂਲ ਦਾ ਇਨਫਰਾਸਟ੍ਰਕਚਰ ਨਹੀਂ ਹੈ, ਇੱਕ ਨਵਾਂ ਸਕੂਲ ਨਹੀਂ ਇਹਨਾਂ ਨੇ ਖੋਲ੍ਹਿਆ। ਫਿਰ ਇਹਨਾਂ ਨੇ ਹੈਲਥ ਮਾਡਲ ਦੀ ਦੁਹਾਈ ਪਾਈ। ਅੱਜ ਹੈਲਥ ਮਾਡਲ ਦੀ ਇਹ ਸਥਿਤੀ ਹੈ ਰਾਜੂ ਜੀ, ਦਿੱਲੀ ਦੇ ਅੰਦਰ ਦਰਜਨੋਂ ਸਰਕਾਰੀ ਹਸਪਤਾਲ ਇਹੋ ਜਿਹੇ ਹੈ ਜਿਨ੍ਹਾਂ ਦੇ ICU ਬੰਦ ਪਏ ਹੈ। ਮੁਹੱਲਾ ਕਲੀਨਿਕ, ਅੱਜ ਮੁਹੱਲਾ ਕਲੀਨਿਕ ਕਹਿੰਦੇ ਕਿ ਇੱਕ ਘੁਟਾਲਾ ਫੜਿਆ ਗਿਆ ਕਿ ਇੱਕ ਮੋਬਾਈਲ ਨੰਬਰ ਦੇ ਉੱਤੇ 1000 ਟੈਸਟ ਹੋ ਗਏ। ਇਹ ਤਾਂ ਲੋਕਾਂ ਦੇ ਅਧਿਕਾਰਾਂ, ਲੋਕਾਂ ਦੀ ਭਾਵੁਕਤਾ ਨੂੰ ਆਧਾਰ ਬਣਾ ਕੇ ਰਾਜਨੀਤੀ ਕਰਕੇ ਆਪਣੇ ਸਵਾਰਥ ਸਿੱਧ ਕਰਦੇ। ਇਹਨਾਂ ਨੇ ਕੋਵਿਡ 'ਚ ਆਕਸੀਜਨ ਜਿਹਦੇ ਨਾਲ ਲੋਕ ਬਚਣੇ ਸੀ ਉਹਦੀ ਕਿੱਲਤ ਇੰਟੈਂਸ਼ਨਲੀ ਸ਼ੋਅ ਕਰਕੇ, ਜਦਕਿ ਆਕਸੀਜਨ ਦੀ ਸਪਲਾਈ ਪੂਰੀ ਸੀ, ਸਪਲਾਈ ਲਾਈਨ ਪਾਈਪ ਬਿਲਕੁਲ ਠੀਕ ਸੀ, ਉਹ ਸ਼ੋਰਟੇਜ ਸ਼ੋਅ ਕਰਕੇ, ਸ਼ੋਰਟੇਜ ਕਰਾ ਕੇ ਸੈਂਕੜੋ ਲੋਕ ਮਰਵਾ ਤੇ ਸੁਪਰੀਮ ਕੋਰਟ ਨੂੰ ਇੰਟਰਵੀਨ ਕਰਨਾ ਪਿਆ। ਅੱਜ ਦਿੱਲੀ ਦੇ ਅੰਦਰ, ਦਿੱਲੀ ਉਹ ਸੂਬਾ ਬਣ ਗਿਆ ਦੇਸ਼ ਦੇ ਵਿੱਚ ਸਭ ਤੋਂ ਘੱਟ ਉਮਰ ਦੇ ਨੌਜਵਾਨ ਜਿੱਥੇ ਸ਼ਰਾਬ ਦੀ ਕੰਜ਼ਮਪਸ਼ਨ ਕਰਦੇ ਆ, ਉਹ ਦਿੱਲੀ ਬਣਾਤਾ ਇਹਨਾਂ। ਅੱਛਾ, ਇਹ ਤਾਂ ਕਹਿੰਦੇ ਨੇ ਅਰਵਿੰਦ ਕੇਜਰੀਵਾਲ ਖੁਦ ਆਪ ਕਹਿੰਦੇ ਨੇ ਕਿ ਬਈ ਮੈਂ ਤਾਂ ਇਮਾਨਦਾਰ ਹਾਂ, ਮੇਰੇ ਤੋਂ ਕੱਟ ਜ਼ਿਆਦਾ ਕੱਟਰ ਇਮਾਨਦਾਰ ਕੋਈ ਨਹੀਂ ਹੋਵੇਗਾ, ਭਾਵੇਂ ਅਰਵਿੰਦ ਕੇਜਰੀਵਾਲ ਹੋ ਰਹੀ ਹੋਣ ਜਾਂ ਫਿਰ ਉਹਨਾਂ ਦੇ ਜਿਹੜੇ ਲੀਡਰ ਨੇ ਆਮ ਆਦਮੀ ਪਾਰਟੀ ਦੇ, ਚਾਹੇ ਪੰਜਾਬ ਦੇ ਹੋਣ ਭਾਵੇਂ ਹੋਰ ਰਾਜਾਂ ਦੇ ਹੋਣ, ਉਹ ਕਹਿੰਦੇ ਬਈ ਅਸੀਂ ਕੱਟਰ ਇਮਾਨਦਾਰ ਹੈਗੇ ਹਾਂ, ਅਸੀਂ ਕਦੀ ਬੇਈਮਾਨੀ ਕਰ ਹੀ ਨਹੀਂ ਸਕਦੇ, ਅਸੀਂ ਕੋਈ ਚੋਰੀ ਕਰ ਹੀ ਨਹੀਂ ਸਕਦੇ। ਤੁਸੀਂ ਉਹਨਾਂ ਤੋਂ ਇਲਜ਼ਾਮ 'ਤੇ ਇਲਜ਼ਾਮ ਲਾਈ ਜਾ ਰਹੇ ਹੋ। ਚੋਰੀ ਕੀਤੀ ਫਿਰ ਅੰਦਰ ਕਿਉਂ ਗਏ, ਜ਼ਮਾਨਤਾਂ ਕਿਉਂ ਨਹੀਂ ਮਿਲ ਰਹੀਆਂ? ਜਿਹੜਾ ਪਲੇਸ ਔਨ ਰਿਕਾਰਡ ਟ੍ਰੇਲ, ਮਨੀ ਟ੍ਰੇਲ ਲੱਗੀ, ਉਹ ਕਿਹਦੀ ਲੱਗ ਗਈ? ਜਿਹੜੇ ਪੈਸੇ ਬਰਾਮਦ ਹੋ ਰਹੇ ਹੋ ਕਿਉਂ ਹੋ ਰਹੇ? ਇਹ ਝੂਠ ਬੋਲਣ ਦੇ ਵਿੱਚ ਮਾਹਿਰ ਲੋਕ ਨੇ ਅੱਜ ਕਰੋੜਾਂ ਰੁਪਇਆ ਸ਼ੀਸ਼ ਮਹਿਲ ਬਣਾਇਆ, ਲੱਖਾਂ ਰੁਪਏ ਦੇ ਪਰਦੇ ਲਾਏ, 2 ਕਰੋੜ ਰੁਪਏ ਦੇ ਗੱਦੇ ਆ ਜਿੱਥੇ ਸੌਂਦੇ, ਕਮਰਾ ਇਹਨਾਂ ਦਾ। ਉਹ ਅੱਜ ਇਹ ਹਾਲਾਤ ਹੈ। ਇਹ ਤਾਂ ਕਹਿੰਦੇ ਸੀਗੇ ਕਿ ਮੈਂ ਮੁੱਖ ਮੰਤਰੀ, ਮੈਨੂੰ ਬਣਾਓ, ਮੈਂ ਆਪਣੀ ਵੈਗਨਰ ਕਾਰ 'ਚ ਘੁੰਮੂੰਗਾ, ਅੱਜ 50 ਗੱਡੀਆਂ ਦਾ ਕਾਫਲਾ ਇਹਨਾਂ ਨਾਲ ਚੱਲ ਰਿਹਾ, ਮੈਂ ਸਰਕਾਰੀ ਕੋਈ ਸਹੂਲਤ ਨਹੀਂ ਲਊਂਗਾ, ਕੋਠੀ ਨਹੀਂ ਲਊਂਗਾ, ਬੰਗਲਾ ਨਹੀਂ ਲਊਂਗਾ। ਅੱਜ 2-2 ਵੱਡੇ ਬੰਗਲੇ CM ਸਾਹਿਬ ਦੇ ਨਾਮ 'ਤੇ ਖੁੱਲ੍ਹੇ ਹੈ, ਔਰ ਇੱਕ ਸ਼ੀਸ਼ ਮਹਿਲ ਤਿਆਰ ਕਰ ਲਿਆ। ਇਹ ਕਹਿੰਦੇ ਸੀ ਮੈਂ ਕੋਈ ਗਨਮੈਨ ਨਹੀਂ ਲਊਂਗਾ, ਅੱਜ 100 ਗਨਮੈਨ ਚੱਲਦਾ, ਪੰਜਾਬ ਵਾਲੇ ਵੀ ਨਾਲ ਚੱਲਦੇ ਹੈ।
ਇਹ ਕਹਿੰਦੇ ਸੀ ਮੈਨੂੰ ਕਸਮ ਲੱਗੇ ਆਪਣੇ ਬੱਚਿਆਂ ਦੀ, ਮੈਂ ਰਾਜਨੀਤੀ 'ਚ ਨਹੀਂ ਆਊਂਗਾ, ਇਹ ਰਾਜਨੀਤੀ 'ਚ ਹੈ, ਮੈਨੂੰ ਮੈਂ ਵਿਸ਼ਵਾਸ ਦਿਵਾਉਂਦਾ ਕਦੀ ਕਾਂਗਰਸ ਨਾਲ ਸਮਝੌਤਾ ਨਹੀਂ ਕਰੂੰਗਾ। ਦਿੱਲੀ 'ਚ 14 'ਚ ਸਰਕਾਰ ਬਣਾਈ, 24 'ਚ ਗਠਬੰਧਨ ਕੀਤਾ, ਇੰਡੀਆ ਗਠਬੰਧਨ। ਇਹ ਤਾਂ ਝੂਠ ਬੋਲ ਲੈਣਾ ਨਾ, ਇਹਨਾਂ ਦੇ ਝੂਠ ਬੋਲਣ ਦੇ ਨਾਲ ਕੋਈ ਫਰਕ ਨਹੀਂ ਪੈਣ ਵਾਲਾ, ਔਰ ਲੋਕ ਇਹਨਾਂ ਦੀ ਸੱਚਾਈ ਨੂੰ ਜਾਣਦੇ ਹੈ, ਔਰ ਕੇਜਰੀਵਾਲ ਜੀ ਦਾ ਝੂਠ ਜਿਹੜਾ ਹੈ ਉਹ ਜੱਗ ਜ਼ਾਹਿਰ ਹੋ ਚੁੱਕਾ ਹੈ। ਇਸ ਆਪਣੀ ਝੂਠ ਦੀ ਜਿਹੜੀ ਜੱਗ ਜ਼ਾਹਿਰ ਹੋਇਆ ਸੱਚ ਹੈ ਉਹ ਤੋਂ ਬਚਣ ਲਈ ਇਹ ਕਹਿ ਰਹੇ ਹੈ ਮੈਂ ਮੁੱਖ ਮੰਤਰੀ ਪਦ ਤੋਂ ਅਸਤੀਫਾ ਦੇ ਦੂੰਗਾ। ਕਿਆ ਕੋਈ ਦੂਸਰਾ ਬੰਦਾ ਮੁੱਖ ਮੰਤਰੀ ਨਹੀਂ ਬਣਨ ਦੇ ਲਾਇਕ? ਇਹ ਬੇਸਿਕਲੀ ਚਾਹੁੰਦੇ ਨਹੀਂ ਕੋਈ ਹੋਰ ਮੁੱਖ ਮੰਤਰੀ ਬਣੇ, ਇਹ ਬੇਸਿਕਲੀ ਚਾਹੁੰਦੇ ਨਹੀਂ ਕਿ ਮੇਰੇ ਹੱਥ 'ਚੋਂ ਸੱਤਾ ਬਾਹਰ ਜਾਏ। ਇਹ ਉੱਦਾਂ ਦੇ ਜਿਹੜੇ ਹੈ ਪ੍ਰੋਪੋਗੰਡਾ ਕਰ ਰਹੇ ਆ ਜਿਹਦੇ 'ਚ ਅਰਵਿੰਦ ਕੇਜਰੀਵਾਲ ਕਿਸੇ ਕੀਮਤ 'ਤੇ ਕਾਮਯਾਬ ਨਹੀਂ ਹੋ ਸਕਦੇ। ਇਹਨਾਂ ਨੇ ਇਮੋਸ਼ਨਲ ਕਾਰਡ ਖੇਲਿਆ ਸੀ ਲੋਕ ਸਭਾ ਚੋਣਾਵਾਂ 'ਚ, ਪੂਰੇ ਤੁਸੀਂ ਦੇਖਿਆ ਹੋਣਾ ਦਿੱਲੀ 'ਚ ਪੰਜਾਬ 'ਚ ਜੇਲ੍ਹ ਵਾਲੀ ਆਪਣੀ ਫੋਟੋ ਬੋਰਡਾਂ 'ਤੇ ਲਾ ਕੇ ਡਿਸਪਲੇ ਕੀਤੀ ਸੀ ਅਤੇ ਲੋਕਾਂ ਨੇ ਜਵਾਬ ਦੇ ਦਿੱਤਾ ਸੀ 7-0 ਦਿੱਲੀ 'ਚ। ਅੱਛਾ, ਤੁਸੀਂ ਮੇਨ ਕਾਰਨ ਵੱਡਾ ਕਾਰਨ ਕੀ ਸਮਝਦੇ ਹੋ? ਜਦੋਂ ਅਰਵਿੰਦ ਕੇਜਰੀਵਾਲ ਹੋਰੀ ਜੇਲ੍ਹ ਦੇ ਵਿੱਚ ਹੁੰਦੇ ਨੇ, ਜੋ ਟਾਈਮ ਹੁੰਦਾ ਹੈ ਵਿਅਕਤੀ ਕਹਿੰਦਾ ਕਿ ਬਈ ਮੈਂ CM ਹਾਂ ਹੁਣ ਤਾਂ ਮੈਂ ਜੇਲ੍ਹ ਦੇ ਵਿੱਚ ਚਲ ਗਿਆ, ਅਸਤੀਫਾ ਦੇ ਦੇਣਾ ਚਾਹੀਦਾ ਹੈਗਾ। ਜੇਲ੍ਹ ਦੇ ਵਿੱਚ ਨਾਰਾ ਕਿ ਅਸਤੀਫਾ ਨਹੀਂ ਦਿੱਤਾ, ਪਰ ਬਾਹਰ ਆਉਂਦੇ ਨੇ, ਬਾਹਰ ਆਉਂਦੇ ਸਰ ਕਹਿੰਦੇ ਨੇ ਕਿ ਬਈ ਮੈਂ 2 ਦਿਨਾਂ ਬਾਅਦ ਅਸਤੀਫਾ ਦੇ ਦੂੰਗਾ। ਇਸ ਦੇ ਮਾਇਨੇ ਕੀ ਸਮਝਦੇ ਤੁਸੀਂ? ਇਹਦੇ ਮਾਇਨੇ ਨਹੀਂ, ਇੱਕ ਸੱਚਾਈ ਹੈ। ਦਿੱਲੀ ਦੇ CM ਬਣ ਕੇ ਇਹਨਾਂ ਕੋਲ ਕੁਛ ਬਹੁਤ ਸਾਰੀਆਂ ਇੱਦਾਂ ਦੀਆਂ ਤਾਕਤਾਂ ਜਿਹੜੀਆਂ ਫਾਈਲਾਂ ਨਹੀਂ ਖੁੱਲ ਸਕਦੀਆਂ ਸੀ। ਕੋਈ ਨਵਾਂ ਬੰਦਾ ਆਏਗਾ ਉਹ ਫਾਈਲਾਂ ਖੋਲ੍ਹੇਗਾ, ਜਿਹੜੇ ਭ੍ਰਿਸ਼ਟਾਚਾਰ ਦੇ ਘੁਟਾਲੇ ਹਲੇ ਹੋਰ ਨਹੀਂ ਖੁੱਲ੍ਹੇ ਉਹ ਹੋਰ ਖੁੱਲ੍ਹਣ ਦਾ ਇਹਨਾਂ ਨੂੰ ਡਰ ਹੈ। ਜਿਹੜੇ ਇਹਨਾਂ ਦੀ ਨੱਕ ਦੇ ਥੱਲੇ, ਇਹਨਾਂ ਦੇ ਸਹਿਯੋਗ ਦੇ ਨਾਲ, ਇਹਨਾਂ ਦੀ ਛੱਤਰ ਛਾਇਆ 'ਚ, ਇਹਨਾਂ ਦੀ ਮਰਜ਼ੀ ਦੇ ਨਾਲ ਵੱਖ ਵੱਖ ਮੰਤਰਾਲਿਆਂ 'ਚ ਵੱਖ ਵੱਖ ਲੋਕਾਂ ਨੇ ਵੱਖ ਵੱਖ ਤਰੀਕਿਆਂ ਨਾਲ ਕੀਤੇ ਹੈ। ਇਹ ਉਹਨਾਂ ਤੋਂ ਬਚਣ ਦਾ ਪ੍ਰਯਾਸ, ਇਹ ਇੱਕ ਪ੍ਰਯਾਸ ਭ੍ਰਿਸ਼ਟਾਚਾਰ ਦੇ ਘੁਟਾਲਿਆਂ ਤੋਂ ਬਚਣ ਦਾ, ਦੂਸਰਾ ਕਿ ਮੇਰੀ ਕੁਰਸੀ ਸੁਰੱਖਿਅਤ ਰਹੇ, ਕਿ ਮੈਂ ਪਤਨੀ ਨੂੰ ਤਾਂ ਮੁੱਖ ਮੰਤਰੀ ਬਣਾ ਨਹੀਂ ਸਕਿਆ, ਮੈਂ ਖੁਦ ਬਣਿਆ ਨਹੀਂ ਰਹਿ ਸਕਦਾ, ਕਿਉਂਕਿ ਮੁੱਖ ਮੰਤਰੀ ਜੇ ਇੰਦਰਾ ਗਾਂਧੀ ਜੀ ਚਲੇ ਗਏ, ਰਾਜੀਵ ਗਾਂਧੀ ਜੀ ਆ ਗਏ, ਦੇਸ਼ ਚੱਲ ਰਿਹਾ ਸੀ, ਔਰ ਅਟਲ ਜੀ ਚਲੇ ਗਏ, ਮੋਦੀ ਜੀ ਆ ਗਏ, ਦੇਸ਼ ਨੇ ਚੱਲਣਾ ਔਰ ਗਾਂਹ ਵੀ ਚੱਲਣਾ। ਔਰ ਇਹਨਾਂ ਨੂੰ ਇਹ ਡਰ ਹੈ ਕਿ ਜਦੋਂ ਅਗਲਾ ਕੋਈ ਬੰਦਾ ਆਉਣਾ ਹੈ ਤੇ ਜਿਹੜੇ ਮੇਰੇ ਕਾਲੇ ਕਾਰਨਾਮੇ ਚਿੱਠੇ ਹੱਲੇ ਨਹੀਂ ਖੁੱਲ੍ਹੇ ਉਹ ਵੀ ਖੁੱਲ੍ਹਣਗੇ। ਇਸ ਕਰਕੇ ਇਹਨੂੰ ਡਿਸੋਲਵ ਕਰ ਦਿਓ ਕਿ ਮੁੱਖ ਮੰਤਰੀ ਸ਼ਿਪ ਵਾਲੀ ਜਿਹੜੀਆਂ ਪਾਵਰਾਂ ਹੈ ਉਹ ਕੋਈ ਨਾ ਵਰਤ ਸਕੇ। ਅੱਛਾ, ਇਹ ਅਰਵਿੰਦ ਕੇਜਰੀਵਾਲ ਹੋਰੀ ਆ ਫਿਰ ਇਹਨਾਂ ਦਾ ਲੀਡਰ ਨੇ, ਇਹ ਤਾਂ ਕਹਿੰਦੇ ਨੇ ਕਿ ਬਈ ED ਦਾ ਦੁਰਉਪਯੋਗ ਕਰਕੇ BJP ਲਗਾਤਾਰ ਉਹਨਾਂ ਲੀਡਰਾਂ ਨੂੰ ਟਾਰਗੇਟ ਕਰ ਰਹੀ ਹੈ ਜੋ ਪੰਜਾਬ ਦੇ, ਭਾਰਤ ਦੇ ਹਿੱਤਾਂ ਦੇ ਵਿੱਚ ਬੋਲਦੇ ਨੇ। ਖਾਸ ਗੱਲ ਮੈਂ ਜ਼ਰੂਰ ਪੰਜਾਬ ਦੀ ਕਰੂੰਗਾ, ਪੰਜਾਬ ਦੇ ਹਿੱਤਾਂ ਦੇ ਲਈ ਬੋਲਦੇ ਨੇ, ਉਹਨਾਂ ਸਾਰਿਆਂ ਨੂੰ ਜਿਹੜਾ ਹੈ ਉਹ ਜੇਲ੍ਹ ਦੇ ਵਿੱਚ ਧੱਕੀ ਜਾ ਰਹੇ ਨੇ। ED ਦਾ ਉਪਯੋਗ BJP ਬਾਰ ਬਾਰ ਕਰਦੀ ਹੈਗੀ ਹੈ, ਇਹ ਇਲਜ਼ਾਮ ਬਾਰ ਬਾਰ BJP ਉੱਪਰ ਕਿਉਂ ਲੱਗਦੇ ਨੇ, ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਪਯੋਗ ਹੁੰਦਾ ਪਿਆ? 12 ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ CBI ਦੇ ਕੇਸ ਚੱਲੇ ਐਜ਼ ਏ ਮੁੱਖ ਮੰਤਰੀ, ਉਹਨਾਂ ਨੇ ਤਾਂ ਕਦੀ ਨਹੀਂ ਕਿਹਾ, ਉਹਨਾਂ ਕਿਹਾ ਸਾਂਝ ਕੁਆਂਚ ਨਹੀਂ, ਸਾਹਮਣਾ ਕਰੂੰਗਾ ਸੱਚਾ ਹੂੰ। ਇਹ ਕਿਉਂ ਨਹੀਂ? ਹੁਣ 500-500 ਕਰੋੜ ਰੁਪਈਆ MPਆਂ ਦੇ ਘਰੋਂ ਮਿਲ ਰਿਹਾ, ਉਹ ਕਿਆ ED ਰੱਖ ਕੇ ਆ ਰਹੀ ਹੈ? ਕਿਆ ਉਹ ਨਰਿੰਦਰ ਮੋਦੀ ਜੀ ਨੇ ਰੱਖਿਆ? ਇਹ ਤਾਂ ਇਹਨਾਂ ਦੇ ਭ੍ਰਿਸ਼ਟਾਚਾਰੀਆਂ ਦਾ ਭ੍ਰਿਸ਼ਟਾਚਾਰ ਉਜਾਗਰ ਹੋ ਰਿਹਾ, ਜਿਹੜਾ ਕਿ ਇਹਨਾਂ ਨੂੰ ਡਰ ਪਾ ਰਿਹਾ ਕਿ ਸਾਡੀ ਸੱਚਾਈ ਲੋਕਾਂ 'ਚ ਜਾ ਰਹੀ ਹੈ ਅਤੇ ਸਾਡਾ ਜਿਹੜਾ ਭਵਿੱਖ ਹੈ ਉਹ ਅੰਧਕਾਰ 'ਚ ਜਾ ਰਿਹਾ। ਇਹ ਝੂਠੇ ਆਰੋਪ ਹੈ, ਸੱਚੀ ਕਾਰਵਾਈਆਂ ਤੋਂ ਭੱਜ ਰਹੇ ਹੈ ਔਰ ਡਰ ਰਹੇ ਹੈ ਕਿ ਹੱਲੇ ਤਾਂ ਮੈਂ ਰਾਜੂ ਜੀ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਇਸ ਸਰਕਾਰ ਨੇ ਬਹੁਤ ਵੱਡੇ ਵੱਡੇ ਕਾਲੇ ਕਾਰਨਾਮੇ ਕੀਤੇ ਹੋਏ ਹੈ। ਅੱਜ ਦਿੱਲੀ ਦੇ ਅੰਦਰ ਵਪਾਰੀ ਪਰੇਸ਼ਾਨ ਹੈ, ਪੰਜਾਬ 'ਚ ਵਪਾਰੀ ਪਰੇਸ਼ਾਨ ਹੈ, ਕਦੀ ਗ੍ਰੀਨ ਟੈਕਸ ਲਾ ਦਿੱਤਾ ਜਾਂਦਾ, ਕਦੀ ਬਿਜਲੀ ਦੀ ਸਬਸਿਡੀ ਖਤਮ ਕਰ ਦਿੱਤੀ ਜਾਂਦੀ ਹੈ, ਕਦੀ ਪ੍ਰੋਫੈਸ਼ਨਲ ਟੈਕਸ ਲਾ ਦਿੱਤਾ ਜਾਂਦਾ, ਕਦੀ ਕੁਛ ਕੀਤਾ ਜਾਂਦਾ, ਪੰਜਾਬ ਦਾ ਵਿਕਾਸ ਤਾਂ ਨਹੀਂ ਹੋ ਰਿਹਾ। ਅੱਜ ਪੰਜਾਬ ਨੂੰ ਵੀ, ਦਿੱਲੀ ਨੂੰ
ਚ ਤਾਂ ਕੀਤਾ ਮਾੜਾ ਹਾਲ। ਅੱਜ ਪੰਜਾਬ 'ਤੇ 2 ਲੱਖ ਕਰੋੜ ਦਾ ਕਰਜ਼ਾ ਵਧਾਉਣ ਦਾ ਕੰਮ ਇਸ ਸਰਕਾਰ ਨੇ ਕੀਤਾ, ਜਿਹੜਾ ਕਿ ਪਿਛਲੇ 25 ਸਾਲਾਂ 'ਚ ਜਿਹੜੇ ਰਿਕਾਰਡ ਨਹੀਂ ਟੁੱਟੇ ਸੀ ਨਾ, ਚਾਹੇ ਉਹ ਕ੍ਰਾਈਮ ਦੇ, ਚਾਹੇ ਉਹ ਭ੍ਰਿਸ਼ਟਾਚਾਰ ਦੇ, ਚਾਹੇ ਉਹ ਮਾਫੀਆ ਦੇ, ਉਹ ਇਹਨਾਂ 2.5 ਸਾਲਾਂ 'ਚ ਟੁੱਟ ਗਏ ਹੈ। ਔਰ ਲੋਕ ਜਣੇ ਦਿੱਲੀ ਪੰਜਾਬ ਦੇ ਇਹਨਾਂ ਤੋਂ ਤ੍ਰਸਤ ਹੈ। ਇਹ ਸੱਤਾ 'ਚ ਮਸਤ ਹੈ, ਏਸੀ ਗੱਡੀਆਂ 'ਚ ਵੱਡੇ ਵੱਡੇ ਕਾਫਲਿਆਂ ਦੇ ਨਾਲ ਤੁਰ ਰਹੇ ਹੈ, ਜ਼ਿਆਦਾ ਫੌਜ ਗਨਮੈਨਾਂ ਦੀ ਨਾਲ ਲੈ ਕੇ ਚੱਲ ਰਹੇ ਹਨ, ਜਿਹਦਾ ਜਵਾਬ ਦੇਸ਼ ਦੀ ਜਨਤਾ ਜਿਹੜੀ ਹੈ ਇਹਨਾਂ ਨੂੰ ਦੇਣ ਨੂੰ ਤਿਆਰ ਹੈ। ਲੋਕ ਸਭਾ 'ਚ 7-0 ਦਿੱਤਾ, ਇਸ ਵਾਰ 70-0 ਦਿੱਲੀ ਵਿਧਾਨ ਸਭਾ 'ਚ ਭਾਰਤੀ ਜਨਤਾ। ਆਖਰੀ ਸਵਾਲ ਮੇਰਾ ਲੱਗਦਾ, ਅਰਵਿੰਦ ਕੇਜਰੀਵਾਲ ਹੋਰਾਂ ਦੇ ਅਸਤੀਫੇ ਦੇ ਨਾਲ ਜਾਂ ਫਿਰ ਪਦ ਛੱਡਣ ਦੇ ਨਾਲ ਪੰਜਾਬ ਦੀ ਰਾਜਨੀਤੀ ਦੇ ਉੱਪਰ ਕੋਈ ਫਰਕ ਪਵੇਗਾ? ਪੰਜਾਬ ਦੀ ਰਾਜਨੀਤੀ ਦੇ ਉੱਤੇ ਕੋਈ ਫਰਕ ਨਹੀਂ ਹੈ, ਇੱਥੇ ਤਾਂ ਭਗਵੰਤ ਮਾਨ ਜੀ ਵੀ ਆਪਣੇ ਆਪ ਨੂੰ ਅਸੁਰੱਖਿਅਤ ਸਮਝ ਰਹੇ ਹਨ। ਪੰਜਾਬ ਦੀ ਰਾਜਨੀਤੀ ਵੀ ਦਿੱਲੀ ਦੀ ਤਰ੍ਹਾਂ ਜਿਹੜੀ ਹੈ ਅਸੁਰੱਖਿਅਤ ਹੀ ਚੱਲ ਰਹੀ ਹੈ। ਅੱਜ ਪੰਜਾਬ ਦੇ ਰਾਘਵ ਚੱਡਾ ਜੀ ਕਿੱਥੇ ਹੈ? ਮਲਟੀਪਲ ਐਂਗਲਸ ਤੋਂ ਸਰਕਾਰ ਚੱਲ ਰਹੀ ਹੈ, ਨਾ ਜਨਤਾ ਨੂੰ ਸਮਝ ਲੱਗ ਰਿਹਾ ਕਿ ਕਿਹਦੀ ਗੱਲ ਕੌਣ ਸਹੀ ਗੱਲ ਕਰ ਰਿਹਾ, ਨਾ ਅਧਿਕਾਰੀਆਂ ਨੂੰ ਪਤਾ ਲੱਗ ਰਿਹਾ ਕਿ ਅਸੀਂ ਰਿਪੋਰਟਿੰਗ ਕਿਹਨੂੰ ਕਰਨੀ ਹੈ, ਸਾਡਾ ਮੁੱਖ ਮੰਤਰੀ ਕੌਣ ਹੈ। ਇੱਕ ਸੀਐਮ ਹੈ, ਇੱਕ ਸੁਪਰ ਸੀਐਮ ਹੈ, ਇਦਾਂ ਦਾ ਤਾਂ ਰਾਜ ਚਲਾ ਰਿਹਾ ਜਿਹਦੇ ਨਾਲ ਪੰਜਾਬ ਦਾ ਜਿਹੜਾ ਗ੍ਰਾਫ ਹੈ ਉਹ ਇਕਨੋਮਿਕਲੀ ਵੀ ਗਿਰ ਰਿਹਾ, ਕ੍ਰਾਈਮ ਦਾ ਵੀ ਵੱਧ ਰਿਹਾ, ਬੇਰੋਜ਼ਗਾਰੀ ਦਾ ਵੀ ਵੱਧ ਰਿਹਾ, ਔਰ ਇੰਡਸਟਰੀ ਜਿਹੜੀ ਪਲਾਇਨ ਕਰ ਰਹੀ ਹੈ ਉਹਦਾ ਵੀ ਵੱਧ ਰਿਹਾ। ਠੀਕ ਹੈ, ਸ਼ੁਕਰੀਆ। ਤਾਂ ਬਿਲਕੁਲ ਅਸ਼ੋਕ ਸ਼੍ਰੀ ਨਿੱਕੀ ਹੋਰੀ ਨੇ ਜਿਹਨਾਂ ਦੇ ਨਾਲ ਗੱਲਬਾਤ ਕੀਤੀ ਹੈ, ਤਾਂ ਇਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਸੀਐਮ ਅਰਵਿੰਦ ਕੇਜਰੀਵਾਲ ਹੋਰਾਂ ਨੇ ਘਪਲੇ ਕੀਤੇ ਨੇ, ਜਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਭ੍ਰਿਸ਼ਟਾਚਾਰ ਕੀਤਾ ਗਿਆ ਹੈ, ਉਸਦੀ ਸਜ਼ਾ ਜਿਹੜੀ ਹੈਗੀ ਆ ਉਹਨਾਂ ਨੂੰ ਮਿਲੀ ਹੈ, ਪਰ ਉਹ ਸਜ਼ਾ ਹੁਣ ਕਿਸ ਤਰੀਕੇ ਦੇ ਨਾਲ ਅੱਗੇ ਜਾ ਕੇ ਇਹਨਾਂ ਨੂੰ ਤੰਗ ਕਰਦੀ, ਉਹ ਆਉਣ ਵਾਲਾ ਸਮਾਂ ਦੇਖੇਗਾ। ਇੱਕ ਸਵਾਲ ਇਹ ਵੀ ਹੈ ਕਿ ਜਦੋਂ ਅਰਵਿੰਦ ਕੇਜਰੀਵਾਲ ਹੋਰੀ ਅਸਤੀਫਾ ਦਿੰਦੇ ਨੇ ਤਾਂ ਉਸ ਤੋਂ ਬਾਅਦ ਸੀਐਮ ਫੇਸ ਕੌਣ ਹੋਵੇਗਾ? ਇਹ ਸਵਾਲ ਇਸ ਵਕਤ ਪੂਰੇ ਦੇਸ਼ ਦੇ ਵਿੱਚ ਉਠਾਇਆ ਜਾ ਰਿਹਾ ਹੈਗਾ ਹੈ, ਤੁਹਾਡੇ ਕੀ ਜਵਾਬ ਨੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ। ਕੈਮਰਾ ਪਰਸਨ ਪੰਕਜ ਦੇ ਨਾਲ ਰਾਜ ਗੁਪਤਾ, ਜਲੰਧਰ।